ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮਸਟ ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ 9000 ਅਸਾਮੀਆਂ ਤੇ ਜਿਹੜੀ ਭਰਤੀ ਆਈ ਹੈ ਤਾਂ ਵੱਖ-ਵੱਖ ਵਿਭਾਗਾਂ ਦੇ ਵਿੱਚ ਪੋਸਟਾਂ ਨੇ ਜੂਨ-ਜੂਨ ਦੇ ਮਹੀਨੇ ਵਿੱਚ ਤੁਸੀਂ ਇਹਨਾਂ ਵੈਕੈਂਸੀ ਲਈ ਅਪਲਾਈ ਇਹ ਜਿਹੜਾ ਕਰ ਸਕਦੇ ਹੋ ਤਾਂ ਸਾਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੀ ਤਾਂ ਇਹ ਪੋਸਟਾਂ ਜਿਹੜੀਆਂ ਆਈਆਂ ਨੇ IBPS RRB ਅਤੇ CRP ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅਤੇ ਸ਼ਡਿਊਲ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਅਨੁਸਾਰ ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ ਦੇ ਵਿੱਚ 7 ਜੂਨ 2024 ਤੋਂ ਗ੍ਰਾਮੀਨ ਬੈਂਕਾਂ ਦੇ ਵਿੱਚ ਵੱਖ-ਵੱਖ ਉਦਿਆਂ ਦੀ ਭਰਤੀ ਲਈ ਰਜਿਸਟ੍ਰੇਸ਼ਨ ਹੈ ਜਿਹੜਾ ਲਿੰਕ ਖੋਲਣ ਜਾ ਰਿਹਾ ਹੈ ਸੋ ਜਿਹੜੇ ਉਮੀਦਵਾਰ ਬੈਂਕ ਦੇ ਵਿੱਚ ਵੱਖ-ਵੱਖ ਅਸਾਮੀਆਂ ਤੇ ਨੌਕਰੀ ਕਰਨਾ ਚਾਹੁੰਦੇ ਆ ਤੇ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਆ ਤਾਂ ਸਾਰੀ ਜਾਣਕਾਰੀ ਜਿਹੜੀ ਤੁਹਾਨੂੰ ਦੇਣ ਜਾ ਰਹੇ ਆ ਤਾਂ 7 ਜੂਨ ਤੋਂ ਇਹਦਾ ਐਪਲੀਕੇਸ਼ਨ ਪ੍ਰੋਸੈਸ ਯਾਨੀ ਕਿ ਰਜਿਸਟ੍ਰੇਸ਼ਨ ਜਿਹੜੀ ਸ਼ੁਰੂ ਹੋਵੇਗੀ ਤੇ ਫਾਰਮ ਭਰਨ ਦੀ ਜਿਹੜੀ ਆਖਰੀ ਮਿਤੀ ਹੈ ਉਹ 27 ਜੂਨ ਰੱਖੀ ਗਈ ਹੈ ਤਾਂ ਇਸ ਰਾਹੀਂ કુલ 9995 ਅਸਾਮੀਆਂ ਨੇ ਜਿਹੜੀਆਂ ਭਰੀਆਂ ਜਾਣੀਆਂ ਤਾਂ ਇਹਨਾਂ ਭਾਰਤੀ ਦੇ ਤਹਿਤ ਜਿਹੜੀ ਆਫਸਰ ਸਕੀਲ 1 ਪੀਓ ਲਾ ਆਫਸਰ ਗ੍ਰੇਡ 2 ਆਫਸਰ ਗ੍ਰੇਡ 3 ਬੈਂਕਿੰਗ ਆਫਸਰ ਸਕੀਲ 2 ਲਾ ਆਫਸਰ ਗ੍ਰੇਡ 2 ਆਈਟੀ ਖੇਤੀਬਾੜੀ ਆਫਸਰ ਗ੍ਰੇਡ 2 ਚਾਰਟਰਡ ਅਕਾਊਂਟੈਂਟ ਗ੍ਰੇਡ 2 ਦੀਆਂ ਅਸਾਮੀਆਂ ਜਿਹੜੀਆਂ ਭਰੀਆਂ ਜਾਣਗੀਆਂ ਤਾਂ ਇਹਨਾਂ ਦੀ ਆਫੀਸ਼ੀਅਲ ਜਿਹੜੀ ਵੈਬਸਾਈਟ ਹੈ ibps.in ਇਹ ਸਾਈਟ ਤੇ ਜਾ ਕੇ ਤੁਸੀਂ ਖੁਦ ਵੀ ਜਿਹੜਾ ਅਪਲਾਈ ਕਰ ਸਕਦੇ ਹੋ ਤਾਂ ਇਹ ਸਾਮੀਆਂ ਜਿਹੜੀਆਂ ਖੇਤਰੀ ਗ੍ਰਾਮੀਨ ਬੈਂਕ ਵਿੱਚ ਸਹਾਇਕ ਅਤੇ ਅਧਿਕਾਰੀ ਗ੍ਰੇਡ ਦੀਆਂ ਅਸਾਮੀਆਂ ਲਈ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਤਾਂ ਚਾਰ ਪੜਾਵਾਂ ਦੇ ਵਿੱਚ ਇਹ ਭਰਤੀ ਜਿਹੜੀ ਮੁਕੰਮਲ ਹੁੰਦੀ ਹੈ ਅਤੇ ਇਸ ਦੇ ਵਿੱਚ ਪ੍ਰੀਖਿਆ ਅਤੇ ਇੰਟਰਵਿਊ ਲਈ ਜਾਂਦੀ ਹੈ ਅਤੇ ਭਰਤੀ ਪ੍ਰੀਖਿਆ ਵਿੱਚ ਕੁੱਲ 43 ਬੈਂਕ ਹੈ ਜਿਹੜਾ ਉਹ ਹਿੱਸਾ ਲੈਂਦੇ ਨੇ ਅਤੇ ਇਮਤਿਹਾਨ ਜਾਨੀ ਕਿ ਐਗਜ਼ਾਮ ਸਿਰਫ ਆਨਲਾਈਨ ਹੀ ਇਹਨਾਂ ਵੈਕੈਂਸੀਆਂ ਲਈ ਲਿਆ ਜਾਂਦਾ ਤਾਂ ਬਾਕੀ ਇਹਨਾਂ ਨੇ ਜੋ ਵੀ ਪ੍ਰੋਸੈਸ ਹੈ ਚਾਰ ਪੜਾਵਾਂਾਂ ਦੇ ਵਿੱਚ ਭਰਤੀ ਕੰਪਲੀਟ ਹੋ ਇੱਥੇ ਸਾਰੀ ਜਾਣਕਾਰੀ ਹੈ ਜਿਹੜੀ ਦਿੱਤੀ ਹੈ ਅਲੱਗ-ਅਲੱਗ ਵੈਕੈਂਸੀਆਂ ਦੇ ਹਿਸਾਬ ਨਾਲ ਤਾਂ ਵੀਡੀਓ ਨੂੰ ਸਟਾਪ ਕਰਕੇ ਤੁਸੀਂ ਜਿਹੜਾ ਅਰੀਡ ਕਰ ਸਕਦੇ ਹੋ ਤਾਂ ਜੋ ਵੀ ਉਮੀਦਵਾਰ ਇਹਨਾਂ ਵੈਕੈਂਸੀਆਂ ਲਈ ਅਪਲਾਈ ਕਰਨਾ ਚਾਹੁੰਦੇ ਹੈ ਅਪਲਾਈ ਕਰ ਸਕਦੇ ਹੈ ਬਾਕੀ ਅੱਗੇ ਜੋ ਅਪਡੇਟਸ ਆਉਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ